ਹਜ਼ੂਰੀ ਰਾਗੀ ਜਿਹੜੇ ਦਰਬਾਰ ਸਾਹਿਬ ਦੇ ਭਾਈ ਸੁਖਵਿੰਦਰ ਸਿੰਘ ਨਾਗੇ ਕੀ ਇਹ ਪਹਿਲਾਂ ਕੁਛ ਦਿਨ ਪਹਿਲਾਂ ਬੋਲੇ ਸੀ ਇਹ ਅਸਲ ਉਦੋਂ ਜਦੋਂ ਇੱਕ ਪੱਤਰਕਾਰ ਪ੍ਰੀਤ ਸੈਣੀ ਤੇ ਕੇਸ ਕੀਤਾ ਸੀ ਐਫ ਆਈ ਆਰ ਲੌਂਚ ਕਰਾਈ ਸੀ 295 ਐ ਦੇ ਤਹਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੇ ਉਸ ਵੇਲੇ ਉਹਦੇ ਹੱਕ ਚ ਬੋਲੇ ਸੀ ਤੇ ਕਹਿੰਦੇ ਸੀ ਉਹਨਾਂ ਨੇ ਝੂਠ ਕੀ ਕਿਹਾ ਉਹ ਤਾਂ ਸੱਚ ਦੱਸ ਰਹੇ ਨੇ ਤੁਸੀਂ ਕਾਰਵਾਈ ਕਰਨ ਦੀ بجائے ਉਹਨਾਂ ਨੇ ਕਾਰਵਾਈ ਕਰਤੀ ਜਿਨ੍ਹਾਂ ਦਾ ਉਹਨਾਂ ਨੇ ਨਾਮ ਲਿਆ ਹੈ ਸਬੂਤ ਪੇਸ਼ ਕਰਨ ਨੂੰ ਕਹਿ ਰਹੇ ਨੇ ਰਿਤ ਸੈਣੀ ਤੁਸੀਂ ਇਹ ਗਲਤ ਕਰ ਕੀਤੀ ਹੈ ਉਸ ਦਿਨ ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀ ਫੋਨ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹਨੇ ਵੱਡੇ ਸਵਾਲ ਖੜੇ ਕਰਤੇ ਨਾ ਸਿਰਫ ਸਵਾਲ ਖੜੇ ਕਰਤੇ ਬਲਕਿ ਸਿੱਖ ਸਰਕਲ ਦੇ ਵਿੱਚ ਕਿਸਮ ਦੀ ਤਰਥੱਲੀ ਬਚਾਤੀ ਕੀ ਕਹਿੰਦੇ ਨੇ ਉਹ ਕਹਿੰਦੇ ਦੇਖੋ ਜਿਹੜੇ ਆਦੇਦਾਰ ਨੇ ਉਹ ਉਹ ਤਾਂ ਪਹਿਲੇ ਉਹ ਪ੍ਰੀਤ ਸੈਣੀ ਦੇ ਤਾਂ ਹਵਾਲੇ ਨਾਲ ਗੱਲ ਕਰਦੇ ਨੇ ਕਿ ਉਹਨਾਂ ਦੇ ਵਿੱਚ ਬਹੁਤ ਕਿਸਮ ਦੀਆਂ ਕੋਟਾ ਆ ਗਏ ਆ ਲੇਕਿਨ ਦੂਜੀ ਗੱਲ ਜਿਹੜੀ ਉਹਨਾਂ ਨੇ ਪੋਲੀਟੀਕਲ ਕਹੀ ਉਹ ਜ਼ਿਆਦਾ ਉਹ ਤੁਹਾਨੂੰ ਵਿਜੀਟ ਹੋਗੇ ਨਾ ਵੀ ਉਹ ਬਣਾਣਾ ਬੰਦਾ ਕਰਪਟ ਹੈ ਇਹ ਤਾਂ ਕਹਿੰਦੇ ਜਿਹੜੀ ਸ਼ਰੋਮਰੀ ਕਮੇਟੀ ਹੈ ਤਾਂ ਇਹ ਪੰਥ ਵਿਰੋਧੀ ਸ਼ਕਤੀਆਂ ਦੇ ਦਵਾ ਹਿੱਟ ਹੈ ਇਹ ਅੱਗੇ ਜਾ ਕੇ ਤਾਂ ਸਿੱਧਾ ਹੀ ਕਹਿ ਦਿੰਦੇ ਨੇ ਕਿ ਇਹਦੇ ਆਰਐਸਐਸ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹਟਾਉ ਤੋਂ ਸਿੱਧ ਵੀ ਕਰਦੇ ਨੇ ਇਹ ਸੁਖਵਿੰਦਰ ਸਿੰਘ ਡਾਪੂਕੇ ਕੀ ਕਹਿੰਦੇ ਨੇ ਕਹਿੰਦੇ 2007-08 ਦੇ ਵਿੱਚ ਆਰਐਸਐਸ ਦੇ ਸੀਨੀਅਰ ਅਗੂ ਨੇ ਪ੍ਰਵੀਨ ਤੋਗੜੀਆ ਇਹ ਸ਼ਰਮਰੀ ਇਹ ਆਏ ਦਰਬਾਰ ਸਾਹਿਬ ਮੱਥਾ ਟੇਕਣ ਉਸ ਤੋਂ ਬਾਅਦ ਜਿਹੜਾ ਵੀ ਡੀਆਪੀ ਆਉਂਦਾ ਤੇ ਇਹ ਤਾਂ ਫਰਾਂਸ ਮੇਲੇ ਤਾਂ ਵੀਐਪੀ ਹੋਣੇ ਸੀ ਕਿਉਂਕਿ ਇਹ ਭارتی ਜਨਤਾ ਆਰਐਸਐਸ ਦਾ ਬੰਦਾ ਹੈ ਤਾਂ ਉਹਨਾਂ ਨੂੰ ਫਿਰ ਜਿਹੜਾ ਹੈ ਸੂਚਨਾ ਕੇਂਦਰ ਹੈ ਉਹਦੇ ਚ ਲੈ ਗਏ ਉੱਥੇ ਜਾ ਕੇ ਆਮ ਤੌਰ ਤੇ ਪ੍ਰੈਸ ਕਾਨਫਰੰਸ ਹੁੰਦੀ ਹੈ ਜੋ ਪ੍ਰੈਸਰ ਨਾਲ ਗੱਲਬਾਤ ਕਰਦੇ ਨੇ ਬੀਆਪੀ ਉੱਥੇ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਨਹੀਂ ਉਹਦੇ ਸੂਚਨਾ ਕੇਂਦਰ ਦੇ ਵਿੱਚ ਚਲੋ ਇਹ ਚੰਗਾ ਪ੍ਰੋਟੋਕੋਲ ਹੈ ਤੇ ਉੱਥੇ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਦਰਾਂ ਇਹ ਗੱਲ ਕਿ ਹੀ ਕਿ ਸਿੱਖ ਵੀ ਤਾਂ ਹਿੰਦੂ ਨੇ ਇਹ ਗੱਲ ਵਰ ਨੂੰ ਕਹਿੰਦੇ ਮੈਂ ਹੈਰਾਨ ਆ ਕਿ ਵੱਡੀਆਂ-ਵੱਡੀਆਂ ਸੁਰਖੀਆਂ ਦੂਜੇ ਦਿਨ ਛਪੜੀਆਂ ਸੀ ਨਾਲ ਇਸ ਤਰ੍ਹਾਂ ਦਾ ਬਿਆਨ ਇਹ ਜਿਹੜਾ ਦਿੰਦੇ ਰਹਿੰਦੇ ਨੇ ਮੌਕੇ ਤੇ ਦਿੰਦੇ ਨੇ ਕਈ ਵਾਰੀ ਮੀਟ ਲਾਉਣ ਲਈ ਦਿੰਦੇ ਨੇ ਤੇ ਉਹੀ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਹਿੰਦੂਆਂ ਚੋਂ ਨੇ ਤੇ ਅੜਵਾਨੀ ਨੇ ਕਿਹਾ ਸੀ ਕਿ ਜੀ ਸਿੱਖ ਇੱਕ ਬੱਕਰੀ ਕੌਮ ਹੈ ਤੋਂ ਇਹ ਇਸ ਤਰ੍ਹਾਂ ਦੀ ਉਹਨਾਂ ਨੇ ਸੁਰਖੀਆਂ ਬਣਾ ਲੀਆਂ ਤਿੰਨ ਉਹ ਗੱਲ ਕਹਿੰਦੇ ਸੋਖੀਆਂ ਤਾਂ ਬਣ ਗਈਆਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਸਾਡੇ ਬੰਦੇ ਚੁੱਪ ਕਿਉਂ ਰਹੇ ਸਾਡੇ ਤਾਂ ਉਸ ਵੀਰੇ ਦੇ ਜੱਥੇਦਾਰ ਵੀ ਨਹੀਂ ਬੋਲੇ ਕੋਈ ਨਹੀਂ ਕੁਸਕਿਆ ਕਹਿੰਦੇ ਇੱਕ ਤਾਂ ਵੱਡਾ ਸਵਾਲ ਇਹ ਖੜਾ ਕੀਤਾ ਕਿ ਤੁਸੀਂ ਆਰਐਸਐਸ ਦੇ ਸਾਹਮਣੇ ਬਿਲਕੁਲ ਨਹੀਂ ਬੋਲਦੇ ਫਿਰ ਕਹਿੰਦੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਕੀਰਤਨ ਕਰ ਰਿਹਾ ਸੀ ਪ੍ਰੋਗਰਾਮ ਲਾਈਵ ਜਾ ਰਿਹਾ ਸੀ ਜਿਹੜਾ ਲਾਈਵ ਪ੍ਰੈਕਾਸ ਜੀ ਦੇ ਪਿੱਛੇ ਰੋਣਾ ਪਿਆ ਕਹਿੰਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਆ ਉਹਦਾ ਮੈਂ ਪੜਿਆ ਇੱਕ ਸ਼ਬਦ ਨਾ ਹਮ ਹਿੰਦੂ ਨਾ ਮੁਸਲਮਾਨ ਇਹਦਾ ਗਾਇਨ ਕੀਤਾ ਕਹਿੰਦੇ ਜੀ ਮੈਨੂੰ ਮੈਨੇਜਰ ਦਾ ਫੋਨ ਆ ਗਿਆ ਅਜੈਪਸਨ ਦਾ ਉਹਨੇ ਮੈਨੂੰ ਤਾਲਬ ਕਰ ਲਿਆ ਕਹਿੰਦੇ ਕ ਤੂੰ ਇਹ ਜਿਹੜੇ ਸ਼ਬਦ ਨੇ ਕਿਥੋਂ ਲਏ ਨੇ ਕਹਿੰਦੇ ਮੈਂ ਹਰਾਨ ਕਹਿੰਦੇ ਮੈਂਗਾ ਤਾਂ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਲੈਂਦੀ ਸ਼ਾਇਦ ਨੂੰ ਨਹੀਂ ਪਤਾ ਹੋਵੇ ਤੇ ਉਹਦੇ 'ਚ ਤੇ ਉਹ ਕਹਿੰਦੇ ਕਿ ਜਿਹੜਾ ਮੈਨੇਜਰ ਕਹਿੰਦਾ ਅੱਗੇ ਤੋਂ ਨਹੀਂ ਤੇਰੇ ਫਿਰ ਉਹਨੇ ਕਹਿੰਦਾ ਮੈਨੂੰ ਦੱਸਿਆ ਵੀ ਤੇਰੇ ਸ਼ਬਦ ਨੂੰ ਸੁਣ ਕੇ ਅਡਾਨੀ ਲਾਲ ਕ੍ਰਿਸ਼ਨ ਅਡਾਨੀ ਨੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ ਤੇ ਵੀ ਇਹ ਕੀ ਚੱਲ ਰਿਹਾ ਤੇ ਬਾਦਲ ਨੇ ਅੱਗੇ ਤੋਂ ਇਹ ਸ਼ਬਦ ਪੜਨ ਦੀ ਮਨਾਈ ਕੀਤੀ ਹੈ ਕਹਿੰਦੇ ਮੈਂ ਕਿਉਂ ਡਰਾਂ ਮੈਂ ਫੇਰ ਪੜਤਾ ਕਹਿੰਦੇ ਇੱਕ ਦਿਨ ਤੇ ਜਦੋਂ ਮੈਂ ਦੁਬਾਰਾ ਪੜਿਆ ਤਾਂ ਉਹਨਾਂ ਨੇ ਮੇਰੇ ਤੇ ਪਵੰਦੀ ਲਾਤੀ ਕਿ ਜਦੋਂ ਵੀ ਲਾਈਵ ਜਾਏਗਾ ਇਹ ਪ੍ਰੋਗਰਾਮ ਉਦੋਂ ਤੁਸੀਂ ਸ਼ਬਦ ਨਹੀਂ ਪੜੋਗੇ ਤਾਂ ਉਹ ਤਾਂ ਬੜੇ ਗੱਲਾਂ ਉਹ ਕਹਿੰਦੇ ਜੀ ਅਕਾਲ ਤਖਤ ਤੇ ਇੱਕ ਵਾਰੀ ਤੇ ਅਗ ਲੱਗੀ 14 15 ਸਰੂਪ ਅਗਨ ਭੇਟ ਹੋ ਗਏ ਕਹਿੰਦੇ ਜੀ ਇਹਨਾਂ ਨੇ ਤਾਂ ਖਬਰ ਲੱਗਣੀ ਨਹੀਂ ਦਿੱਤੀ ਯਾਨੀ ਉਹਨਾਂ ਨੇ ਕਰਾਪਸ਼ਨ ਤੋਂ ਲੈ ਕੇ ਉਹਨੂੰ ਉਹਤੇ ਇੱਕ ਬੜਾ سنگੀਨ ਇਲਜ਼ਾਮ ਲਾਇਆ ਉਹਨਾਂ ਨੇ ਕਹਿੰਦੇ ਤੀਰਤਪੁਰ ਸਾਹਿਬ ਦੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਦੇ ਵਿੱਚ ਮੀਟ ਦਾ ਸ਼ਰਾਬ ਦਾ ਸੇਵਨ ਕਰਕੇ ਇੱਕ ਗ੍ਰਾਂਥੀ ਕਹਿੰਦਾ ਉਲਟੀਆਂ ਕਰਨ ਲੱਗ ਪਿਆ ਇੱਕ ਜਾਂ ਦੋ ਗ੍ਰਾਂਥੀ ਉਹਨਾਂ ਨੇ ਗ੍ਰਾਂਥੀ ਕਿਹਾ ਜਿੰਨਾ ਗ੍ਰਾਂਥੀਆਂ ਨੇ ਸ਼ਰਾਬ ਦਾ ਸੇਵਨ ਕੀਤਾ ਉਲਟੀਆਂ ਕੀਤੀਆਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਦੋਂ ਸ਼ਿਕਾਇਤ ਕੀਤੀ ਸੀ ਇਸ ਕਿਸਮ ਦੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਭਾਈ ਆਹ ਹੋਰ ਵੀ ਖਤਰਨਾਕ ਕਹਿੰਦੇ ਮੈਂ ਤੁਹਾਨੂੰ ਦੱਸਦਾ ਜਿਹੜਾ ਕੋਈ ਸੋਨਾ ਚੜਾਉਂਦਾ ਜੇਬਰ ਚੜਾਉਂਦਾ ਮਹਗੀ ਚੀਜ਼ ਚੜਾਉਂਦਾ ਉਹ ਆਪ ਦਾ ਦੇਖ ਕੇ ਕਰ ਉਹ ਕਿੱਥੇ ਜਾਂਦੀ ਹੈ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਜਿਹੜੀ ਸਿੱਧਾ ਇਲਜ਼ਾਮ ਉਹਨਾਂ ਨੇ ਔਰ ਆਬਦੇ ਬਾਰੇ ਵੀ ਦੱਸੇ ਵੀ ਸਾਡੇ ਅੰਦਰ ਪੀੜੀਆਂ ਮੇਰੇ ਦਾ ਬਜ਼ੁਰਗ ਕਹਿੰਦੇ ਵੀ ਪ੍ਰਧਾਨ ਵੀ ਰਹੇ ਕਾਰਲੀ ਦਲ ਦੇ ਸ਼੍ਰੋਮਿਕ ਕਮੇਟੀ ਦੇ ਵੀ ਸਾਡੇ ਤਾਂ ਪੰਜ ਪੀੜੀਆਂ ਹੋ ਗਈਆਂ ਕਹਿੰਦੇ ਸੇਵਾ ਕਰਦੇ ਉਹਨੂੰ ਮੈਂ ਤਾਂ ਅੰਦਰੋਂ ਬੋਲ ਰਿਹਾ ਇਹ ਉਹਨਾਂ ਨੇ ਗੱਲ ਕੀਤੀ ਹੈ ਖैर ਕੁਝ ਵੀ ਹੋਵੇ ਇਹ ਹੈ ਕੱਲ ਲੋਕਾਂ ਦੇ ਵਿੱਚ ਜਦੋਂ ਇਹ ਜਾ ਰਹੀ ਹੈ ਤਾਂ ਕਿਉਂਕਿ ਲੋਕ ਨੂੰ ਲੱਗਦਾ ਹੈ ਗੱਲਾਂ ਸੱਚੀਆਂ ਹੋਣਗੀਆਂ ਸਿੱਧਾ ਜਿਹੜਾ ਹੈ ਅਸਰ ਪੈਦਾ ਹੈ ਫਿਰ ਚਾਹੇ ਪ੍ਰਧਾਨ ਹੋਣ ਜਾਂ ਸ਼੍ਰੋਮਿਕ ਕਮੇਟੀ ਹੋਵੇ ਈਵਨ ਜਦੋਂ ਬਾਦਲ ਸਾਹਿਬ ਦੀ ਗੱਲ ਆਉਂਦੀ ਹੈ ਤਾਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਦੀ ਨੀਤੀ ਇਹ ਕਰ ਰਹੇ ਨੇ ਵੈਸੇ ਵੀ ਬਾਦਲ ਸਾਹਿਬ ਬਾਰੇ ਤਾਂ ਬਹੁਤ ਪੁੱਛਦਾ ਸੀ ਵੀ ਉਹ ਕਿੰਨੇ ਕਨੇਡੇ ਨੇ ਉਹ ਜੋ ਜਿਹੜੇ ਇਹਦੇ ਆਰਐਸ ਸੀ ਤੇ